ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਦਾ ਸਟੈਚੂ ਆਫ ਲਿਬਰਟੀ ਬਾਰੇ। ਦਾ ਸਟੈਚੂ ਆਫ ਲਿਬਰਟੀ ਨਿਊਯਾਰਕ ਹਾਰਬਰ ਦੇ ਕੋਲ ਇੱਕ ਛੋਟੇ ਜਿਹੇ ਟਾਪੂ ਉੱਤੇ ਸਥਿਤ ਹੈ। ਇਹ ਇੱਕ ਵਿਸ਼ਾਲ ਮੂਰਤੀ ਹੈ। ਦਾ ਸਟੈਚੂ ਆਫ ਲਿਬਰਟੀ ਅਮਰੀਕਾ ਦੀ ਨਹੀਂ ਬਲਕਿ ਫਰਾਂਸ ਦੁਆਰਾ ਅਮਰੀਕਾ ਨੂੰ ਸੰਨ 1886 ਵਿੱਚ ਗਿਫਟ ਦੇ ਰੂਪ ਵਿੱਚ ਦਿੱਤੀ ਗਈ ਸੀ। ਫਰਾਂਸ ਦੁਆਰਾ ਅਮਰੀਕਾ ਨੂੰ ਇਹ ਸਟੈਚੂ ਇਸ ਕਰਕੇ ਦਿੱਤਾ ਗਿਆ ਸੀ ਤਾਂ ਕਿ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋ ਸਕਣ। ਇਸ ਸਟੈਚੂ ਨੂੰ ਬਣਨ ਵਿੱਚ ਲਗਭਗ 9 ਸਾਲਾਂ ਦਾ ਸਮਾਂ ਲੱਗਿਆ ਸੀ। ਇਸ ਸਟੈਚੂ ਦੀ ਕੁੱਲ ਉਚਾਈ 306 ਫੁੱਟ ਹੈ ਜਾਂ ਲਗਭਗ 93 ਮੀਟਰ ਹੈ। ਦਾ ਸਟੈਚੂ ਆਫ ਲਿਬਰਟੀ ਦਾ ਕੁੱਲ ਵਜ਼ਨ 225 ਟਨ ਹੈ। ਦੀ ਸਟੈਚੂ ਆਫ ਲਿਬਰਟੀ ਦੇ ਸਿਖਰ ਉੱਤੇ ਪਹੁੰਚਣ ਲਈ 354 ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਇਸ ਸਟੈਚੂ ਦੇ ਇੱਕ ਹੱਥ ਵਿੱਚ ਮਸ਼ਾਲ ਫੜੀ ਹੋਈ ਹੈ ਅਤੇ ਦੂਜੇ ਹੱਥ ਵਿੱਚ ਇੱਕ ਕਿਤਾਬ ਫੜੀ ਹੋਈ ਹੈ। ਉਸ ਕਿਤਾਬ ਉੱਤੇ ਅਮਰੀਕੀ ਆਜ਼ਾਦੀ ਦਿਵਸ ਦੀ ਤਾਰੀਖ ਲਿਖੀ ਹੋਈ ਹੈ ਜੋ ਕਿ ਰੋਮਨ ਭਾਸ਼ਾ ਵਿੱਚ ਲਿਖੀ ਹੋਈ ਹੈ। ਜਿਸ ਟਾਪੂ ਉੱਤੇ ਸਟੈਚੂ ਬਣਾਇਆ ਗਿਆ ਹੈ ਉਸਨੂੰ ਲਿਬਰਟੀ ਆਈਲੈਂਡ ਵੀ ਕਿਹਾ ਜਾਂਦਾ ਹੈ। ਇਸ ਸਟੈਚੂ ਦਾ ਬਾਹਰੀ ਖੋਲ ਤਾਂਬੇ ਨਾਲ ਬਣਾਇਆ ਗਿਆ ਹੈ। ਹਰ ਸਾਲ ਲਗਭਗ 30 ਲੱਖ ਲੋਕ ਇਸ ਸਟੈਚੂ ਨੂੰ ਦੇਖਣ ਲਈ ਸਾਰੀ ਦੁਨੀਆ ਵਿੱਚੋਂ ਆਉਂਦੇ ਹਨ। ਮਲੇਸ਼ੀਆ, ਤਾਈਵਾਨ, ਬ੍ਰਾਜ਼ੀਲ ਅਤੇ ਚੀਨ ਵਿੱਚ ਦਾ ਸਟੈਚੂ ਆਫ ਲਿਬਰਟੀ ਦੇ ਡੁਪਲੀਕੇਟ ਸਟੈਚੂ ਵੀ ਬਣਾਏ ਗਏ ਹਨ। ਇਹ ਸਨ ਦੀ ਸਟੈਚੂ ਆਫ ਲਿਬਰਟੀ ਬਾਰੇ ਕੁਝ ਰੋਚਕ ਤੱਥ। ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰ ਦੇਣਾ, ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਧੰਨਵਾਦ।